ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਾਡੇ ਪਰਮ ਸਿਲਾਈ ਸਿਖਲਾਈ ਚੈਨਲ 'ਤੇ ਸਵਾਗਤ ਹੈ। ਅੱਜ ਅਸੀਂ ਇਸ ਵੀਡੀਓ ਵਿੱਚ ਲਾਈਨਿੰਗ ਵਾਲੇ ਕਮੀਜ਼ ਦੇ ਉੱਪਰ ਪਲੇਟਾਂ ਨੂੰ ਸੈੱਟ ਕਰਨ ਦਾ ਤਰੀਕਾ ਦੱਸਾਂਗੇ। ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਓ, ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦੀ ਲੱਗੀ। ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਕਮੀਜ਼ ਆਪਣੇ ਕੋਲ ਹੈ, ਇਸ ਨੂੰ ਆਪਾਂ ਕੱਚਾ ਕਰ ਲਿਆ ਸਾਡਾ ਦੇ ਉੱਪਰ ਪਲੇਟਾਂ ਦੇ ਆਪਣੇ ਨਿਸ਼ਾਨ ਜਿਹੜੇ ਲੱਗੇ ਹੋਏ ਨੇ। ਇਹਨਾਂ ਪਲੇਟਾਂ ਦੇ ਉੱਪਰ ਆਪਾਂ ਸਿਲਾਈਆਂ ਲਗਾ ਕੇ ਕਿਸ ਤਰ੍ਹਾਂ ਪਲੇਟ ਪਾਉਂਦੇ ਹਾਂ, ਆਪਾਂ ਤੁਹਾਨੂੰ ਅੱਜ ਉਹ ਤਰੀਕਾ ਦੱਸਾਂਗੇ। ਸਭ ਤੋਂ ਪਹਿਲਾਂ ਜਿਹੜੇ ਪਲੇਟਾਂ ਦੇ ਨਿਸ਼ਾਨ ਲੱਗੇ, ਇਹਨਾਂ ਦੇ ਉੱਪਰ ਆਪਾਂ ਕੱਚੀ ਸਿਲਾਈ ਜਿਹੜੀ ਲਗਾਵਾਂਗੇ। ਜਿਸ ਤਰ੍ਹਾਂ ਇਹਨਾਂ ਦੀ ਸ਼ੇਪ ਬਣੀ, ਇਸੇ ਤਰ੍ਹਾਂ ਹੀ ਆਪਾਂ ਕੱਚੀਆਂ ਸਿਲਾਈਆਂ ਜਿਹੜੀਆਂ ਸਾਰੇ ਪਲੇਟਾਂ ਦੇ ਉੱਪਰ ਲਗਾ ਦਾਂਗੇ। ਇੱਕ ਸਿਲਾਈ ਜਿਹੜੀ ਆਪਣੀ ਲੱਗ ਚੁੱਕੀ ਹੈ, ਇਸ ਤਰ੍ਹਾਂ ਹੀ ਆਪਣੀ ਇਹ ਸਾਈਡ ਵਾਲੀ ਜਿਹੜੀ ਸਿਲਾਈ ਹੈ ਕਮਰ ਵਾਲੀ, ਇਹ ਵੀ ਇਸ ਤਰ੍ਹਾਂ ਹੀ ਲਗਾ ਲਾਂਗੇ। ਆਪਣੇ ਦੋਨਾਂ ਸਾਈਡਾਂ ਦੇ ਪਲੇਟਾਂ ਦੇ ਉੱਪਰ ਕੱਚੀਆਂ ਸਿਲਾਈਆਂ ਜਿਹੜੀਆਂ ਲੱਗ ਚੁੱਕੀਆਂ ਹੈ। ਇਸ ਤਰ੍ਹਾਂ ਹੀ ਆਪਾਂ ਸਿਲਾਈਆਂ ਲਗਾ ਕੇ ਪਲੇਟ ਜਿਹੜੇ ਪਾਵਾਂਗੇ, ਜਿਸ ਦੇ ਨਾਲ ਆਪਣਾ ਕੱਪੜਾ ਬਿਲਕੁਲ ਸੈੱਟ ਰਹੇਗਾ। ਹੁਣ ਆਪਾਂ ਇਸ ਦੇ ਉੱਪਰ ਜਿਹੜੀਆਂ ਪਲੇਟਾਂ ਦੇ ਆਪਣੇ ਜਿਸ ਤਰ੍ਹਾਂ ਪਲੇਟ ਪਾਉਂਦੇ, ਉਸ ਤਰ੍ਹਾਂ ਆਪਾਂ ਪਲੇਟਾਂ ਦੀ ਸ਼ੇਪ ਦੇਵਾਂਗੇ। ਇੱਕ ਸਿਲਾਈ ਜਿਹੜੀ ਆਪਣੀ ਪਲੇਟ ਦੀ ਲੱਗ ਚੁੱਕੀ ਹੈ, ਬਹੁਤ ਵਧੀਆ ਸਿਲਾਈ ਲੱਗੀ ਹੈ। ਇਸ ਤਰ੍ਹਾਂ ਹੀ ਆਪਾਂ ਦੂਸਰਿਆਂ ਦੀ ਲਗਾਵਾਂਗੇ। ਆਪਾਂ ਵਾਈਟ ਧਾਗਾ ਜਿਹੜਾ ਇਸ ਕਰਕੇ ਲਗਾਇਆ ਸੀ, ਜਿਹੜਾ ਤੁਹਾਨੂੰ ਪਲੇਟਾਂ ਦੀ ਜਿਹੜੀ ਆ ਸ਼ੇਪ ਆ ਜਿਹੜੀ ਸਿਲਾਈ ਲਗਾਈ ਉਹ ਪਤਾ ਲੱਗ ਸਕੇ। ਇਸ ਤਰ੍ਹਾਂ ਆਪਣੇ ਸਾਰੇ ਪਲੇਟ ਜਿਹੜੇ ਪਾ ਲਾਂਗੇ ਆਪਾਂ। ਇੱਕ ਸਾਈਡ ਦੇ ਪਲੇਟ ਜਿਹੜੇ ਆਪਣੇ ਪੈ ਚੁੱਕੇ ਨੇ, ਬਹੁਤ ਵਧੀਆ ਪਲੇਟ ਪਏ। ਇਸ ਤਰ੍ਹਾਂ ਆਪਾਂ ਦੂਸਰੀ ਸਾਈਡ ਦੇ ਪਲੇਟ ਜਿਹੜੇ ਪਾ ਲਾਂਗੇ। ਪਲੇਟ ਜਿਹੜੇ ਆਪਣੇ ਦੋਨਾਂ ਸਾਈਡਾਂ ਦੇ ਉੱਪਰ ਬਹੁਤ ਵਧੀਆ ਪਏ ਨੇ, ਦੇਖੋ। ਇਸ ਤਰ੍ਹਾਂ ਸੈੱਟ ਕਰਨ ਨਾਲ ਬਹੁਤ ਵਧੀਆ ਆਪਣੇ ਪਲੇਟ ਜਿਹੜੇ ਸੈੱਟ ਹੋ ਜਾਂਦੇ ਨੇ, ਨਾਲੇ ਕੱਪੜਾ ਜਿਹੜਾ ਇੱਧਰ ਉੱਧਰ ਹਿੱਲਦਾ ਨਹੀਂ ਆ, ਕੱਪੜਾ ਵੀ ਬਿਲਕੁਲ ਸੈੱਟ ਆ, ਇਹਦੇ ਵਿੱਚ ਕੋਈ ਵਲ ਨਹੀਂ ਆ ਰਿਹਾ, ਜਿਹੜਾ ਗੈਪਿੰਗ ਜਿਹੜੀ ਬਿਲਕੁਲ ਸਹੀ ਆ ਰਹੀ ਆ। ਇਸ ਤਰ੍ਹਾਂ ਹੀ ਪਲੇਟ ਜਿਹੜੇ ਆਪਣਾ ਬੈਕ ਪੱਲੇ ਦੇ ਉੱਪਰ ਸੈੱਟ ਕਰਕੇ, ਇਸ ਤਰ੍ਹਾਂ ਬੈਕ ਪੱਲੇ ਦੇ ਸੈਂਟਰ ਵਾਲੇ ਪਲੇਟ ਜਿਹੜੇ ਦੋਨੋਂ ਪਾ ਲਾਂਗੇ। ਆਪਣੇ ਬੈਕ ਪੱਲੇ ਦੇ ਪਲੇਟ ਜਿਹੜੇ ਪੈ ਚੁੱਕੇ ਨੇ, ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਕੱਚਾ ਕਰਕੇ ਪਲੇਟ ਅਗਲੇ ਪਾਏ ਸੀ, ਇਸ ਤਰ੍ਹਾਂ ਹੀ ਆਪਾਂ ਬੈਕ ਵਾਲੇ ਪਾਏ ਨੇ ਪਲੇਟ। ਦੋਨੋਂ ਪਲੇਟ ਜਿਹੜੇ ਬੈਕ ਪੱਲੇ ਦੇ ਬਹੁਤ ਵਧੀਆ ਬਣੇ ਨੇ। ਆਪਣੇ ਅਗਲੇ ਪੱਲੇ ਦੇ ਪਲੇਟ ਵੀ ਬਿਲਕੁਲ ਬਰਾਬਰ ਆਏ ਨੇ, ਦੋਨਾਂ ਸਾਈਡਾਂ ਦੇ ਉੱਪਰ ਸਿਲਾਈਆਂ ਜਿਹੜੀਆਂ ਇੱਕ ਸਾਰ ਰਹੀਆਂ ਨੇ। ਹਾਂ ਦੇਖੋ, ਬਿਲਕੁਲ ਬਰਾਬਰ ਆ ਰਹੀਆਂ ਨੇ ਸਿਲਾਈਆਂ। ਦੋਨਾਂ ਸਾਈਡਾਂ ਦੇ ਪਲੇਟ ਜਿਹੜੇ ਬਹੁਤ ਵਧੀਆ ਪਏ ਨੇ। ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਏਗੀ। ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ। ਧੰਨਵਾਦ।